ਸਾਰਿਆਂ ਸਰੋਤਿਆਂ ਦੇ ਸੁਣਦੇ ਆ ਪ੍ਰਧਾਨ ਜੀ ਬਣਾ ਹੋਇਆ ਸੁਰਜਨ ਸਿੰਘ ਚੱਠਾ ਜੀ ਨੌਰਥ ਇੰਡੀਅਨ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਹੈ ਜੀ ਮੈਂ ਕਿਹੜੀ ਜਗ੍ਹਾ ਤੋਂ ਆਏ ਹੋ ਆਏ ਜਲੰਧਰ ਤੋਂ ਜੀ ਇਸ ਵੇਲੇ ਤਾਂ ਮੈਂ ਜਲੰਧਰ ਤੋਂ ਆਇਆ ਪਰ ਉਦਾਂ ਪੰਜਾਬੀ ਆ ਮੇਰੇ ਡਿਸਟ੍ਰਿਕਟ ਜਲੰਧਰ ਆ ਨਕੋਦਰ ਮੇਰਾ ਪਿੰਡ ਕੋਟਲਾ ਭਾਗੂ ਆ ਨਕੋਦਰ ਤਹਿਸੀਲ ਦੇ ਵਿੱਚ ਹੋਰ ਸਾਹਿਬ ਤੁਸੀਂ ਆਏ ਹੋ ਅੱਜ ਜਿਹੜੀ ਆਪਾਂ ਗੱਡੀ ਭੇਜ ਰਹੇ ਹਾਂ ਇਹਦੇ ਬਾਰੇ ਸਾਨੂੰ ਦੱਸੋ ਜਿਹੜੀ ਗੱਡੀ ਭੇਜ ਰਹੇ ਹਾਂ ਇਹ ਕਿੰਗ ਸਪੋਰਟਸ ਕਲੱਬ ਸੈਕਰਮੈਂਟੋ ਵਾਲਿਆਂ ਨੇ ਮਾਇਆ ਭੇਜੀ ਆ ਦਵਿੰਦਰ ਕੋਚ ਨੂੰ ਦਵਿੰਦਰ ਕੋਚ ਨੇ ਤਿਆਰੀ ਕਰਾਈ ਸਾਰੀ ਭਰੀ ਆ ਗੱਡੀ ਕੱਲ੍ਹ ਸਵੇਰ ਗੱਡੀ ਜਾ ਰਹੀ ਉੱਥੇ ਅਸੀਂ ਆਲਰੇਡੀ ਗੱਡੀਆਂ ਬਹੁਤ ਭੇਜੀਆਂ ਪਾਣੀ ਦੀਆਂ ਵੀ ਦੁੱਧ ਸਾਡਾ ਜਾ ਰਿਹਾ ਤੀਹ ਹਰ ਤੀਹ ਦਿਨ 3000 ਪੈਕਟ ਹਰ 30 ਦਿਨ ਜਾ ਰਿਹਾ ਦੁੱਧ ਉੱਥੇ ਸਾਡਾ ਉੱਥੇ ਅੱਜ ਸਵੇਰ ਡਿਲੀਵਰ ਹੋਇਆ ਵਾ ਗਾਂ ਵੀ ਡਿਲੀਵਰ ਹੋਣਾ ਜਿੰਨਾ ਸਾਡੇ ਕੋਲ ਹੋਊਗਾ ਅਸੀਂ ਕਰਾਂਗੇ ਬਾਕੀ ਮੈਂ ਜਿੰਨੀ ਦੁਨੀਆ ਸੁਣਦੀ ਆ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਵੀ ਉੱਥੇ ਪਹੁੰਚੋ ਇੱਕ ਕਿਸਾਨਾਂ ਨੇ ਕੱਲ੍ਹ ਮੈਸੇਜ ਦਿੱਤਾ ਵੀ ਨਵਾਂ ਸਾਲ ਆ ਜਿਹੜਾ ਸਾਡੇ ਨਾਲ ਆ ਕੇ ਮਨਾਓ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਾਣਾ ਚਾਹੀਦਾ ਆਪਾਂ ਸਾਰਿਆਂ ਨੂੰ ਜਿੰਨੇ ਵੀ ਜਾ ਸਕਦੇ ਆ ਮੈਂ ਇਹ ਨਹੀਂ ਕਹਿੰਦਾ ਜ਼ਰੂਰੀ ਵੀ ਤੁਸੀਂ ਪੈਸੇ ਦੇ ਕੇ ਜਾਓ ਕੋਈ ਚੀਜ਼ ਲੈ ਕੇ ਜਾਓ ਕੋਈ ਗੱਲ ਨਹੀਂ ਤੁਸੀਂ ਮੋਰਲੀ ਸਪੋਰਟ ਕਰੋ ਜਾਓ ਖੜੇ ਹੋ ਭਰਾਵਾਂ ਆਪਣੇ ਨਾਲ ਵੀ ਅਸੀਂ ਤੁਹਾਡੇ ਨਾਲ ਆ ਚਾਹੇ ਉਹ ਲੇਡੀਜ਼ ਆ ਚਾਹੇ ਬਜ਼ੁਰਗ ਆ ਚਾਹੇ ਜਨਾਨੀਆਂ ਕੋਈ ਹੋਵੇ ਜਾਓ ਉੱਥੇ ਉਹਨਾਂ ਦੀ ਸਪੋਰਟ ਕਰੋ ਮੋਰਲੀ ਆਪਣਾ ਫਰਜ਼ ਬਣਦਾ ਸਾਰਿਆਂ ਦਾ ਸਪੈਸ਼ਲੀ ਪੰਜਾਬੀਆਂ ਦਾ ਬਾਕੀ ਇਹ ਬੜੀ ਵੱਡੀ ਗੱਲ ਹੋਈ ਹੈ ਇਸ ਵੇਲੇ ਕਿ ਪੰਜਾਬ ਹਰਿਆਣਾ ਫਿਰ ਇਕੱਠਾ ਹੋ ਗਿਆ ਔਰ ਉੱਤਰਾਖੰਡ ਯੂਪੀ ਰਾਜਸਥਾਨ ਸਾਰਾ ਆਪਣਾ ਆ ਗਿਆ ਤੁਹਾਨੂੰ ਪਤਾ ਹਜ਼ਾਰਾਂ ਗੱਡੀਆਂ ਆ ਰਹੀਆਂ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਤੋਂ ਜਿਹੜੀਆਂ ਅਖਬਾਰਾਂ ਨਹੀਂ ਆਉਂਦੀਆਂ ਆਪਣੀਆਂ ਕਿਉਂਕਿ ਗੋਡੀ ਮੀਡੀਆ ਵਾ ਉਹਨਾਂ ਨੇ ਨਹੀਂ ਕਦੇ ਦੱਸਣਾ ਸੱਚਾਈ ਇਹ ਆ ਵੀ ਦੁਨੀਆ ਬਹੁਤ ਆ ਰਹੀ ਹੈ ਇਸ ਵੇਲੇ ਔਰ ਮੇਰੇ ਹਿਸਾਬ ਨਾਲ ਪਹਿਲੀ ਨੂੰ ਵਾਕਿਆ ਉੱਥੇ 30-40 ਲੱਖ ਦਾ ਇਕੱਠਾ ਹੋਣਾ ਉਹਨਾਂ ਬੋਰਡਰਾਂ ਦੇ ਉੱਤੇ ਚਲੋ ਥੈਂਕ ਯੂ ਜਵਿੰਦਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਲੱਖ ਸੇ ਇੱਕ ਲਾਊਂ ਤਵੇ ਗੋਬਿੰਦ ਸਿੰਘ ਨਾਮ ਕਹੂੰ ਅਸੀਂ ਉਹ ਧਰਤੀ 'ਤੇ ਖੜ੍ਹੇ ਹਾਂ ਸਾਹਿਬਜ਼ਾਦਿਆਂ ਨੌ 'ਤੇ ਅਕੈਡਮੀ ਚੱਲਦੀ ਆ ਸਾਡੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਸਾਰੇ ਨੁਮਾਇੰਦੇ ਸਾਡੇ ਪ੍ਰਧਾਨ ਸਾਡੇ ਬਜ਼ੁਰਗ ਸੁਰਜਨ ਸਿੰਘ ਅੰਕਲ ਜੀ ਸਾਡੇ ਕੋਲ ਆਏ ਹੋਏ ਹਾਂ ਅਸੀਂ ਪਾਣੀ ਦੀ ਸੇਵਾ ਸਾਡੀ ਫੈਡਰੇਸ਼ਨ ਰੈਗੂਲਰ ਕਰ ਰਹੀ ਆ ਦੁੱਧ ਦੀ ਵੀ ਕਰ ਰਹੀ ਹੈ ਐਤਕੀ ਅੱਜ ਗੱਡੀ ਜਿਹੜੀ ਤੋਰ ਰਹੇ ਹਾਂ ਨੌਰਥ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਨੇ ਸਾਡੀ ਹੈਲਪ ਕੀਤੀ ਆ ਅਸੀਂ ਅੱਜ ਪਾਣੀ ਦੀ ਟੈਂਕਰ ਨਾਲ ਡਿਸਪੋਜ਼ਲ ਪਲੇਟਾਂ ਗਲਾਸ ਚਮਚੇ ਸਾਰੇ ਲੈ ਕੇ ਚੱਲੇ ਹਾਂ ਅਸੀਂ ਜਿਹੜੇ ਬੈਠੇ ਸੰਘਰਸ਼ ਵਾਲੇ ਉਹਨਾਂ ਦੀ ਸਾਥ ਦੇਣ ਚੱਲੇ ਪਹਿਲਾਂ ਵੀ ਤੁਸੀਂ ਇੱਕ ਗੱਡੀ ਦੇ ਕੇ ਆਏ ਹਾਂਜੀ ਅਸੀਂ ਪੰਜ ਵਾਰੀ ਗੇੜੇ ਲਾਏ